ਪਿੰਡ ਨਗਦੀਪੁਰ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪੁੱਤਾਂ ਵਾਂਗੂ ਪਾਲੀ ਕਿਸਾਨਾਂ ਦੀ ਫਸਲ ਸੜ ਕੇ ਸਵਾਹ ਹੋ ਗਈ। ਤੇਜ਼ ਹਵਾਵਾਂ ਕਾਰਨ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਫੈਲ ਗਈਆਂ ਅਤੇ ਅੱਗ ਉੱਤੇ ਕਾਬੂ ਪਾਉਣਾ ਬੇਹੱਦ ਔਖਾ ਹੋ ਗਿਆ। ਪਿੰਡ ਨਗਦੀਪੁਰ ਦੇ ਦਲਜੀਤ ਸਿੰਘ ਕਿਸਾਨ ਨੇ ਦੱਸਿਆ ਕਿ ਘਟਨਾ ਕਰੀਬ 2 ਵਜੇ ਦੀ ਹੈ। ਬਿਜਲੀ ਇੱਕਦਮ ਆਉਣ ਕਾਰਨ ਸ਼ਾਰਟ ਸਰਕਟ ਹੋ ਗਿਆ ਅਤੇ 2 ਕਣਕ ਦੇ ਖੇਤ ਅਤੇ 15 ਖੇਤਾਂ ਵਿੱਚ ਖੜੀ ਨਾੜ ਨੂੰ ਅੱਗ ਲੱਗ ਗਈ। ਹਾਂ ਸਰ, ਕੀ ਨਾਮ ਜੀ ਤੁਹਾਡਾ ਅਤੇ ਪਿੰਡ ਕਿਹੜਾ ਜੀ? ਪਿੰਡ ਨਾਗਦੀਪੁਰ, ਨਾਮ ਮੇਰਾ ਦਲਜੀਤ ਸਿੰਘ। ਅਤੇ ਕਣਕ ਨੂੰ ਅੱਗ ਲੱਗੀ ਆ ਜੀ, ਕੀ ਕਾਰਨ ਆ ਜੀ ਅੱਗ ਲੱਗਣ ਦਾ? ਕਣਕ ਨੂੰ ਅੱਗ ਲੱਗੀ ਆ ਬਿਜਲੀ ਦੇ ਸ਼ਾਰਟ ਕਰਕੇ ਜੀ। ਅਤੇ ਇਹ ਕਿਹੜੀ ਬਿਜਲੀ ਸੀਗੀ, ਘਰਾਂ ਦੀ ਬਿਜਲੀ ਸੀਗੀ ਕਿ ਮੋਟਰਾਂ ਦੀ ਬਿਜਲੀ ਜੀ? ਨਹੀਂ, ਘਰਾਂ ਵਾਲੀ। ਘਰਾਂ ਵਾਲੀ ਆ ਜੀ? ਹਾਂਜੀ। ਅਤੇ ਕਿੰਨੇ ਖੇਤ ਕਣਕ ਦੇ ਲੂ ਹੋ ਗਏ ਆ ਜੀ? ਇਹ 2 ਖੇਤ ਕਣਕ ਦੇ ਲੂ ਹੋਏ ਆ ਜੀ। 15 ਖੇਤ 15 ਖੇਤ ਨਾੜ ਦੇ ਆ। ਤੇ ਜਿਹੜੇ 2 ਖੇਤ ਕਣਕ ਦੇ ਆ ਉਹ ਕਿਹਦੇ ਆ ਜੀ? ਉਹ ਜਸਵੀਰ ਰਿਸ਼ਪਾਲ ਕੌਰ ਕਸ਼ਮੀਰ ਸਿੰਘ, ਕਸ਼ਮੀਰ ਸਿੰਘ ਪਿੰਡ ਨਗਦੀਪੁਰ। ਤੇ ਨਾੜ ਦੇ ਕਿੰਨੇ ਖੇਤ ਆ ਜੀ? 15। ਤੇ ਉਹ ਹਜੇ ਨਾੜ ਬਣਾਇਆ ਨਹੀਂ ਸੀ, ਇਕੱਲਾ ਨਾੜ ਹੀ ਆ ਜੀ? ਇਕੱਲਾ ਨਾੜ ਹੀ ਆ। ਤੇ ਹੋਰ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਜੀ? ਜਾਨੀ ਮਾਲੀ ਤੋਂ ਬਚ ਗਏ ਆ। ਠੀਕ, ਕਿੰਨਾ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਜੀ? 2.5 ਲੱਖ। 2.5 ਲੱਖ ਦੇ ਕਰੀਬ। ਤੇ ਪੰਜਾਬ ਸਰਕਾਰ ਤੋਂ, ਪ੍ਰਸ਼ਾਸਨ ਤੋਂ ਕਿੱਦਾਂ ਦੀ ਤੁਸੀਂ ਮਦਦ ਮੰਗਦੇ ਹੋ, ਕੀ ਮੰਗ ਕਰਦੇ ਹੋ? ਕਿਸਾਨ ਪਰਿਵਾਰ ਨਾਲ ਸੰਬੰਧਿਤ ਪੀੜਿਤ ਰਿਸ਼ਪਾਲ ਕੌਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਹਨਾਂ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਸ਼ਾਸਨ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ। ਪਿੰਡ ਨਗਦੀਪੁਰ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪੁੱਤਾਂ ਵਾਂਗੂ ਪਾਲੀ ਕਿਸਾਨਾਂ ਦੀ ਫਸਲ ਸੜ ਕੇ ਸਵਾਹ ਹੋ ਗਈ। ਤੇਜ਼ ਹਵਾਵਾਂ ਕਾਰਨ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਫੈਲ ਗਈਆਂ ਅਤੇ ਅੱਗ ਉੱਤੇ ਕਾਬੂ ਪਾਉਣਾ ਬੇਹੱਦ ਔਖਾ ਹੋ ਗਿਆ। ਪਿੰਡ ਨਗਦੀਪੁਰ ਦੇ ਦਲਜੀਤ ਸਿੰਘ ਕਿਸਾਨ ਨੇ ਦੱਸਿਆ ਕਿ ਘਟਨਾ ਕਰੀਬ 2 ਵਜੇ ਦੀ ਹੈ। ਬਿਜਲੀ ਇੱਕਦਮ ਆਉਣ ਕਾਰਨ ਸ਼ਾਰਟ ਸਰਕਟ ਹੋ ਗਿਆ ਅਤੇ 2 ਕਣਕ ਦੇ ਖੇਤ ਅਤੇ 15 ਖੇਤਾਂ ਵਿੱਚ ਖੜੀ ਨਾੜ ਨੂੰ ਅੱਗ ਲੱਗ ਗਈ। ਹਾਂ ਸਰ, ਕੀ ਨਾਮ ਜੀ ਤੁਹਾਡਾ ਅਤੇ ਪਿੰਡ ਕਿਹੜਾ ਜੀ? ਪਿੰਡ ਨਾਗਦੀਪੁਰ, ਨਾਮ ਮੇਰਾ ਦਲਜੀਤ ਸਿੰਘ। ਅਤੇ ਕਣਕ ਨੂੰ ਅੱਗ ਲੱਗੀ ਆ ਜੀ, ਕੀ ਕਾਰਨ ਆ ਜੀ ਅੱਗ ਲੱਗਣ ਦਾ? ਕਣਕ ਨੂੰ ਅੱਗ ਲੱਗੀ ਆ ਬਿਜਲੀ ਦੇ ਸ਼ਾਰਟ ਕਰਕੇ ਜੀ। ਅਤੇ ਇਹ ਕਿਹੜੀ ਬਿਜਲੀ ਸੀਗੀ, ਘਰਾਂ ਦੀ ਬਿਜਲੀ ਸੀਗੀ ਕਿ ਮੋਟਰਾਂ ਦੀ ਬਿਜਲੀ ਜੀ? ਨਹੀਂ, ਘਰਾਂ ਵਾਲੀ। ਘਰਾਂ ਵਾਲੀ ਆ ਜੀ? ਹਾਂਜੀ। ਅਤੇ ਕਿੰਨੇ ਖੇਤ ਕਣਕ ਦੇ ਲੂ ਹੋ ਗਏ ਆ ਜੀ? ਇਹ 2 ਖੇਤ ਕਣਕ ਦੇ ਲੂ ਹੋਏ ਆ ਜੀ। 15 ਖੇਤ ਨਾੜ ਦੇ ਆ। ਤੇ ਜਿਹੜੇ 2 ਖੇਤ ਕਣਕ ਦੇ ਆ ਉਹ ਕਿਹਦੇ ਆ ਜੀ? ਉਹ ਜਸਵੀਰ ਰਿਸ਼ਪਾਲ ਕਸ਼ਮੀਰ ਸਿੰਘ ਪਿੰਡ ਨਗਦੀਪੁਰ। ਤੇ ਨਾੜ ਦੇ ਕਿੰਨੇ ਖੇਤ ਆ ਜੀ? 15। ਤੇ ਉਹ ਹਜੇ ਨਾੜ ਬਣਾਇਆ ਨਹੀਂ ਸੀ, ਇਕੱਲਾ ਨਾੜ ਹੀ ਆ ਜੀ? ਇਕੱਲਾ ਨਾੜ ਹੀ ਆ। ਹਾਂਜੀ। ਤੇ ਹੋਰ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਜੀ? ਜਾਨੀ ਮਾਲੀ ਤੋਂ ਬਚ ਗਏ ਆ। ਠੀਕ, ਕਿੰਨਾ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਜੀ? 2.5 ਲੱਖ। 2.5 ਲੱਖ ਦੇ ਕਰੀਬ। ਤੇ ਪੰਜਾਬ ਸਰਕਾਰ ਤੋਂ, ਪ੍ਰਸ਼ਾਸਨ ਤੋਂ ਕਿੱਦਾਂ ਦੀ ਤੁਸੀਂ ਮਦਦ ਮੰਗਦੇ ਹੋ, ਕੀ ਮੰਗ ਕਰਦੇ ਹੋ? ਕੁਛ ਮਦਦ ਕੀਤੀ ਜਾਵੇ, ਪੱਠੇ ਪਸ਼ੂਆਂ ਨੂੰ ਪਾਉਣੇ ਆ ਜੀ, ਕਣਕ ਖਾਣੀ ਆ, ਮਦਦ ਸਰਕਾਰ ਦੇਵੇ ਸਾਨੂੰ। ਕਿਸਾਨ ਪਰਿਵਾਰ ਨਾਲ ਸੰਬੰਧਿਤ ਪੀੜਿਤ ਰਿਸ਼ਪਾਲ ਕੌਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਹਨਾਂ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਸ਼ਾਸਨ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ।